ਤੂੰ ਮੰਗਦਾ ਰਹੀਂ ਵੀ ਸੂਰਜਾ ਕੰਮੀਆਂ ਦੇ ਵਿਹੜੇ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੰਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ, ਤੂੰ ਮੰਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ। ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਚਿੜੀਆਂ ਦੀ ਚਿਚਨੀ ਤੋਤਿਆਂ ਦੀ ਟੁਕਣੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਸਿਆਸਤ 'ਚ ਤਾਂ ਦਿੱਤੀ ਨਹੀਂ ਜਾਂਦੀ, ਇੱਕ ਦੂਜੇ ਨੂੰ ਗਾਲੋ ਗਾਲੀ ਹੁੰਦੀ। ਨਹੀਂ ਜੀ, ਮੈਂ ਗਾਲਾਂ ਨਹੀਂ ਕੱਢਦੀ ਕਿਸੇ ਨੂੰ। ਵਿਚਾਰਾਂ ਦੀ ਲੜਾਈ ਹੈ, ਉਹਨਾਂ ਦੇ ਅੱਡ ਹੋ ਸਕਦੇ ਨੇ, ਸਾਡੇ ਅੱਡ ਹੋ ਸਕਦੇ ਨੇ। ਜਿਵੇਂ ਕਿਸੇ ਦੁਕਾਨ 'ਤੇ ਗਿਆ, ਕਿਸੇ ਦੋਸਤਾਂ ਮਿੱਤਰਾਂ ਦੀਆਂ ਦੁਕਾਨਾਂ ਹੁੰਦੀਆਂ ਸੀ, ਜਿਵੇਂ ਹੈ ਨਾ, ਉੱਥੋਂ ਅਖਬਾਰ ਵੀ ਮੈਂ ਯਾਰ ਅਖਬਾਰ ਪੜ੍ਹਨੀ, ਮੈਂ ਤੁਸੀਂ ਪੜ੍ਹ ਲਈ ਤਾਂ ਮੈਂ ਲੈ ਜਾ ਅਖਬਾਰ ਲੈ ਜਾਂਦੇ। ਹਾਂਜੀ ਹਾਂਜੀ, ਪੈਸੇ ਦਿੰਦੇ ਨਹੀਂ ਸੀ, ਪੈਸੇ ਹੁੰਦੇ ਨਹੀਂ ਸੀ, ਪੈਸੇ ਹੁੰਦੇ ਨਹੀਂ ਸੀ। ਤਾਂ ਕਰਮਜੀਤ ਹੋਰਾਂ ਦਾ ਇੰਤਜ਼ਾਰ ਕਰ ਰਹੇ ਸੀ ਪਿਛਲੇ ਥੋੜ੍ਹੇ ਸਮੇਂ ਤੋਂ, ਤਾਂ ਪਹੁੰਚ ਚੁੱਕੇ ਨੇ ਕਰਮਜੀਤ ਅਨਮੋਲ ਹੋਰੀ, ਪ੍ਰਚਾਰ ਜਿਹੜਾ ਕਰ ਰਹੇ ਨੇ। ਠੀਕ ਠਾਕ ਜੀ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਬਾਈ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ। ਥੈਂਕ ਯੂ ਵੀਰੇ, ਥੈਂਕ ਯੂ। ਹੋਰ ਕਪਾਈ ਸਾਹਿਬ, ਫਿਲਮ ਇੰਡਸਟਰੀ 'ਚ ਤਾਂ ਸੌਖਾ ਹੋਣਾ, ਲੇਕਿਨ ਇੱਥੇ ਮੈਂ ਦੇਖਿਆ ਕਿ ਕਾਫੀ ਪਾਪੜ ਜਿਹੜੇ ਉਹ ਵੇਲਣੇ ਪੈਂਦੇ। ਨਹੀਂ ਨਹੀਂ, ਸੌਖਾ ਇੱਥੇ ਵੀ ਹੈ, ਲੋਕ ਬਹੁਤ ਪਿਆਰ ਕਰਦੇ ਨੇ ਔਰ ਇਹਦੇ ਨਾਲ ਐਨਰਜੀ ਮਿਲਦੀ ਹੈ। ਲੇਕਿਨ ਸਿਆਸਤ ਨੇ ਤੁਹਾਨੂੰ ਮੈਨੂੰ ਲੱਗਦਾ ਜੀਨ ਪੈਂਟ ਤੋਂ ਕੁੜਤੇ ਪਜਾਮੇ ਤੇ ਵੀ ਲੈ ਆਂਦਾ। ਨਹੀਂ, ਮੈਂ ਪੈਂਟ ਵੀ ਪਾਉਂਦਾ, ਦਸਤਾਰ ਵੀ ਆ ਗਈ ਹੈ, ਪੈਂਟ ਵੀ ਪਾਉਂਦਾ, ਦਸਤਾਰ ਪਹਿਲਾਂ ਵੀ ਸੀਗੀ, ਮਤਲਬ ਹੁਣ ਵੀ ਕਦੇ ਕਦੇ ਬੰਨਦਾ, ਉਦੋਂ ਵੀ ਕਦੇ ਕਦੇ ਬੰਨਦੇ ਸੀ ਪਹਿਲਾਂ ਵੀ। ਲੇਕਿਨ ਅੱਜ ਨਿੱਕਾ ਜੈਲਦਾਰ ਹੈ ਜਾਂ ਫਿਰ ਅੱਜ ਕੌਣ ਹੈ? ਅੱਜ ਤਾਂ ਤੁਹਾਡਾ ਭਰਾ ਹੀ ਹੈ ਇੱਥੇ, ਕੋਈ ਨਿੱਕਾ ਜੈਲਦਾਰ ਨਹੀਂ। ਨਿੱਕਾ ਜੈਲਦਾਰ ਫਿਲਮਾਂ 'ਚ ਹੁੰਦਾ, ਇੱਥੇ ਤਾਂ ਆਪ ਹੀ ਹੁਣ ਜੈਲਦਾਰੀ ਪਤਾ ਹੀ ਇਹੋ ਜਿਹੀ ਕਿਹੜੀ ਹੁੰਦੀ ਹੈ। ਹੁਣ ਬ੍ਰਾਂਡਿਡ ਜੀਨਾਂ, ਟੀ ਸ਼ਰਟਾਂ, ਅਰਮਾਨੀ ਦੇ ਐਨਕਾਂ, ਉਹ ਜ਼ਿਆਦਾ ਮਜ਼ੇਦਾਰ ਹੈ ਜਾਂ ਫਿਰ ਇਹ ਕਿੱਥੋਂ ਪ੍ਰਿੰਸ ਤੋਂ ਕੁੜਤਾ? ਮੈਂ ਤੁਹਾਨੂੰ ਇੱਕ ਦੱਸਦਾ, ਇਹ ਜਿਹੜੇ ਇਲਾਕਾ ਹੈ ਨਾ ਫਰੀਦਕੋਟ ਵਾਲਾ, ਇਹ ਕੁੜਤੇ ਪਜਾਮੇ ਵੀ ਬ੍ਰਾਂਡਿਡ ਨੇ ਇੱਥੇ। ਜਿਹੜਾ ਸਭ ਤੋਂ ਘੈਂਟ ਪਹਿਰਾਵਾ ਉਹ ਕੁੜਤਾ ਪਜਾਮਾ ਹੀ ਮੰਨਿਆ ਜਾਂਦਾ। ਇਹ ਕਿੱਥੋਂ ਸਵਾਇਆ ਤੁਸੀਂ ਕੁੜਤਾ ਪਜਾਮਾ? ਇਹ ਕੋਟਕਪੂਰੇ ਤੋਂ। ਕੋਟਕਪੂਰੇ ਤੋਂ? ਸਨਸ਼ਾਈਨ ਵਾਲਿਆਂ ਦਾ। ਸਵਾਈ ਦਿੱਤੀ ਸੀਗੀ ਬਿਲ ਪਹਿਲਾਂ? ਮੈਂ ਪੁੱਛ ਲੈਣਾ ਟੇਲਰ, ਪਹਿਲਾਂ ਪੁੱਛ ਰਹੇ ਤੁਸੀਂ ਜਾ ਕੇ। ਸਭ ਤੋਂ ਪਹਿਲਾਂ ਇਹੀ ਕੰਮ ਸਵਾਈ ਦਿੱਤੀ ਸੀ। ਇਸ 4000 ਹੈ ਮੇਰਾ ਖਿਆਲ, 4000 ਵਿਦ ਕੱਪੜਾ ਜਾਂ ਕੱਪੜੇ ਤੋਂ ਬਿਨਾਂ? ਕੱਪੜੇ ਤੋਂ ਬਿਨਾਂ ਸ਼ਾਇਦ, ਨਹੀਂ ਪਤਾ ਨਹੀਂ ਵਿਦ ਕੱਪੜਾ, ਇਹ ਮੇਰੇ ਪਿੱਤਰ ਨੂੰ ਤੇ ਢੀਰ ਸੇ ਨੂੰ ਪਤਾ, ਇਹਨੂੰ ਪੁੱਛ ਲਓ ਕਿੰਨੇ ਕੁ ਕੁੜਤੇ ਪਜਾਮੇ ਸਵਾਲੇ ਹੁੰਦੇ ਵਾਧੂ ਥੋਕ ਦੇ ਵਿੱਚ। ਚਲੋ, ਕੁੜਤੇ ਪਜਾਮੇ ਵਾਲੇ ਆ ਗਏ ਨੇ, ਤਾਂ ਵੈਸੇ ਸਵਾਦ ਜੀਨ ਦਾ ਮਜ਼ੇਦਾਰ ਹੈ ਜਾਂ ਕੁੜਤੇ ਪਜਾਮੇ ਦਾ? ਕੁੜਤੇ ਪਜਾਮੇ ਦਾ ਤਾਂ ਨਜ਼ਾਰਾ ਵੱਖਰਾ ਹੀ ਹੈ, ਉਹ ਤਾਂ ਅਸੀਂ ਜੀਨ ਤਾਂ ਸਾਡੇ ਦੂਜੇ ਜਿਹੜੇ ਕੀ ਕਹਿੰਦੇ ਉਹ ਵੈਸਟਰਨ ਕਲਚਰ ਦੇ ਵਿੱਚ ਆਇਆ, ਸਾਡਾ ਆਪਣਾ ਗਰਮੀ ਚ ਕੰਫਰਟੇਬਲ ਰਹਿੰਦਾ ਬਈ। ਚਾਹ ਤਾਂ ਲਿਆ ਦੋ ਫਿਰ, ਲਿਆਈ ਯਾਰ 8-10 ਕੱਪ, ਨਾਲੇ ਬਿਸਕੁਟ ਲਿਆ ਦੀ। ਕਿਵੇਂ ਫਿਰ ਸਵੇਰੇ ਸ਼ੁਰੂਆਤ ਕਿਵੇਂ ਕਰਦੇ ਹੋ, ਕਿਉਂਕਿ ਫਿਲਮਾਂ ਦੇ ਸੈੱਟ ਤੇ ਤਾਂ ਅਸੀਂ ਦੇਖੀਦਾ ਰਾਤ ਵੀ ਹੋ ਜਾਂਦੀ ਹੈ, ਸਾਰੀ ਜਿਹੜੀ ਤੁਹਾਡੀ ਡਾਇਰੈਕਟਰ ਦੀ ਮੰਨੀ ਪੈਂਦੀ ਹੈ ਜੀ ਜੀ, ਲੇਕਿਨ ਇੱਥੇ ਤਾਂ ਤੁਹਾਨੂੰ ਜਨਤਾ ਦੀ ਮੰਨੀ ਪੈਣੀ ਹੈ। ਜਨਤਾ ਕਹੇਗੀ ਫੋਟੋ ਖਿਚਾ ਤਾਂ ਫੋਟੋ ਵੀ ਖਿਚਾਣੀ ਪੈਣੀ, ਜਨਤਾ ਕਹੇਗੀ ਇੱਕ ਪੈਰ ਤੇ ਖੜਾ ਹੋ ਤਾਂ ਇੱਕ ਪੈਰ ਤੇ ਖੜਾ ਵੀ ਹੋਣਾ ਪੈਣਾ। ਦੇਖੋ ਜੀ, ਮੈਂ ਆਪਣੇ ਜਿਹੜੇ ਫਿਲਮੀ ਕੈਰੀਅਰ ਦੇ ਵਿੱਚ ਵੀ ਮੈਂ ਕਦੇ ਕਿਸੇ ਨੂੰ ਵੀ ਫੋਟੋ ਤੋਂ ਨਿਰਾਸ਼ ਨਹੀਂ ਕੀਤਾ ਅੱਜ ਤੱਕ, ਚਾਹੇ ਮੈਨੂੰ ਜਿੱਥੇ ਮਰਜ਼ੀ ਹੱਥ ਮਾਰ ਕੇ ਮਤਲਬ ਖੜਾ ਲੈਂਦੇ ਸੀਗੇ, ਤੇ ਚਾਹੇ ਮੈਨੂੰ 2000 ਫੋਟੋ ਕਰਾਉਣੀ ਪੈ ਜਾਵੇ, ਮੈਂ ਇਕੱਲੇ ਇਕੱਲੇ ਬੰਦੇ ਨਾਲ ਫੋਟੋ ਕਰਾਉਂਦਾ ਸੀ, ਤੇ ਅੱਜ ਤਾਂ ਕਰਾਉਣੀਆਂ ਤੇ ਪਹਿਲਾਂ ਵੀ ਮੇਰੇ 'ਚ ਕੋਈ ਏਦਾਂ ਨਹੀਂ ਸੀ। ਥੈਂਕ ਯੂ, ਇਹ ਫੋਟੋ ਕਰਵਾਉਣ ਵਾਲੇ ਲਓ ਬਾਈ ਵੋਟ ਵੀ ਪਾਣਗੇ ਹੈ ਜੀ, ਫੋਟੋ ਕਰਵਾਉਣ ਵਾਲੇ ਵੋਟ ਵੀ ਪਾਣਗੇ। ਦੇਖੋ ਜੀ, ਪੂਰੀ ਉਮੀਦ ਹੈ
ਤੇ ਆਸ ਦੇ ਸਹਾਰੇ ਉਮੀਦ ਦੇ ਸਹਾਰੇ ਮਤਲਬ ਦੁਨੀਆਂ ਚੱਲਦੀ ਹੈ। ਔਰ ਇਹੀ ਨਹੀਂ ਕਿ ਮੈਨੂੰ ਬਹੁਤ ਪਿਆਰ ਕਰਦੇ ਆ ਲੋਕ, ਪਤਾ ਲੱਗਦਾ ਵੀ ਜਦੋਂ ਵੀ ਜਾਂਦੇ ਹਾਂ ਕਿਤੇ ਵੀ ਕੋਈ ਬਜ਼ੁਰਗ ਮਿਲਦਾ ਤਾਂ ਮਤਲਬ ਪੂਰਾ ਬੁੱਕਲ 'ਚ ਲੈ ਕੇ ਕਲਾਵੇ 'ਚ ਲੈ ਕੇ ਬਾਅਦ 'ਚ ਇਹ ਗੱਲ ਕਹਿੰਦਾ ਵੀ ਯਾਰ ਸਾਨੂੰ ਇੱਦਾਂ ਲੱਗਦਾ ਨਹੀਂ ਕਿ ਤੂੰ ਕੋਈ ਬਗਾਨਾ, ਸਾਨੂੰ ਐਂ ਲੱਗਦਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਹੈ। ਲੇਕਿਨ ਫਰੀਦਕੋਟ ਦੀ ਸਿੱਲੀ ਸਿੱਲੀ ਹੋ ਆ ਕੇ ਇਸ ਪਾਸੇ ਜਾਏਗੀ, ਉਹ ਤੁਹਾਨੂੰ ਸਭ ਪਤਾ, ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ। ਹਵਾ ਕਿੱਧਰ ਦੀ ਹੈ, ਮੈਂ ਸਿੱਲੀ ਸਿੱਲੀ ਕਿਉਂ ਪੁੱਛ ਰਿਹਾ ਸੀ ਤੁਹਾਨੂੰ? ਮੈਂ ਸਭ ਪਤਾ, ਮੈਂ ਸਿੱਲੀ ਸਿੱਲੀ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਉਹ ਤੁਸੀਂ ਆਪ ਕਹੋਗੇ ਜੋ ਵੀ ਕਹਿਣਾ। ਨਹੀਂ ਨਹੀਂ ਮੈਂ ਪੁੱਛ ਰਿਹਾ ਸੀ ਕਿਉਂਕਿ ਕਿਸੇ ਟਾਈਮ, ਕਿਉਂਕਿ ਕਲਾਕਾਰ ਗਾਇਕ ਤਾਂ ਹਰ ਕਿਸੇ ਦਾ ਹੁੰਦਾ, ਜੀ ਜੀ, ਗਲੇ ਮਿਲਦੇ, ਪੈਰੀ ਹੱਥ ਲਾਉਂਦੇ, ਸੀਨੀਓਰਟੀ ਦੀ ਰਿਸਪੈਕਟ ਵੀ ਹੁੰਦੀ ਹੈ, ਜੀ ਜੀ। ਲੇਕਿਨ ਹੁਣ ਤਾਂ ਆਹਮੋ ਸਾਹਮਣੇ ਹੋ ਗਏ। ਨਹੀਂ ਮੈਂ ਰਿਸਪੈਕਟ ਤਾਂ ਮੈਂ ਫਿਰ ਵੀ ਓਨਾ ਹੀ ਕਰੂੰਗਾ ਜੀ, ਜੋ ਮਰਜ਼ੀ ਆਵੇ, ਮੇਰੇ ਤੋਂ ਸੀਨੀਅਰ ਨੇ ਉਹ, ਔਰ ਰੁਤਬੇ 'ਚ ਵੱਡੇ ਨੇ, ਉਮਰ 'ਚ ਵੱਡੇ ਨੇ, ਤਜਰਬੇ 'ਚ ਵੱਡੇ ਨੇ, ਅਤੇ ਰਿਸਪੈਕਟ ਮੈਂ ਕਦੇ ਕਰਨੀ ਨਹੀਂ ਭੁੱਲੂਗਾ ਜੀ ਕਿਸੇ ਦੀ ਵੀ, ਜਿਹੜਾ ਮੈਂ ਇੱਥੋਂ ਮਹੀਨਾ ਵੀ ਵੱਡਾ ਬੰਦਾ ਮੈਂ ਉਹਦੀ ਰਿਸਪੈਕਟ ਕਰਦਾ। ਜਿਵੇਂ ਮੇਰੇ ਨਾਲ ਅੱਜ ਚਾਹ ਪੀ ਰਹੇ ਹੋ, ਹਾਂਜੀ, ਉਦਾਂ ਹੀ ਅੰਸਰਾਜ ਅੰਸਰਵਾਣਾ ਵੀ ਚਾਹ ਪੀਓਗੇ? ਪੀ ਸਕਦੇ ਜੀ, ਕਿਸੇ ਨਾਲ, ਕਿਸੇ ਨਾਲ ਵੀ ਪੀ ਸਕਦੇ, ਚਾਹ ਪੀਣੀ ਕੋਈ ਮਾੜੀ ਗੱਲ ਥੋੜ੍ਹਾ, ਕਿਉਂਕਿ ਸਿਆਸਤ 'ਚ ਚਾਹ ਅਮੂਮਨ ਪੀਤੀ ਨਹੀਂ ਜਾਂਦੀ, ਇੱਕ ਦੂਜੇ ਨੂੰ ਗਾਲੋ ਗਾਲੀ ਹੁੰਦੇ ਆ। ਨਹੀਂ ਜੀ ਮੈਂ ਗਾਲਾਂ ਨਹੀਂ ਕੱਢਦੀ ਕਿਸੇ ਨੂੰ, ਵਿਚਾਰਾਂ ਦੀ ਲੜਾਈ ਆ, ਉਹਨਾਂ ਦੇ ਅੱਡ ਹੋ ਸਕਦੇ ਨੇ, ਸਾਡੇ ਅੱਡ ਹੋ ਸਕਦੇ ਨੇ, ਪਰ ਇਹ ਨਹੀਂ ਮੈਂ ਕੋਈ ਨੀਵੇਂ ਪੱਧਰ ਤੇ ਜਾ ਕੇ ਕੋਈ ਉਹਨਾਂ ਬਾਰੇ ਕੋਈ ਕਟਾਕਸ਼ ਕਰਾਂ ਜਾਂ ਕੁਛ। ਅੱਛਾ ਮੈਂ ਜਿਹੜਾ ਸਵਾਲ ਪੁੱਛਣਾ ਹੈ, ਤੁਸੀਂ ਕਰਕੇ ਦਿਖਾਤਾ ਕਿ ਚਾਹ ਬਿਸਕੁਟ ਡਬੋ ਕੇ ਇਸੇ ਤਰੀਕੇ ਨਾਲ ਕਲਾਕਾਰ ਪੀਂਦੇ ਆ ਜਾਂ ਫਿਲਮਾਂ 'ਚ ਇਸੇ ਤਰੀਕੇ ਨਾਲ? ਨਾ ਸਾਰੇ ਦੇਸੀ ਤਰੀਕੇ ਨਾਲ, ਜਿੱਡਾ ਮਰਜ਼ੀ ਬਣ ਜੇ ਬੰਦਾ ਨਾ, ਜਿੱਥੋਂ ਆਇਆ ਉਹ ਚੀਜ਼ ਨਿਕਲਦੀ ਨਹੀਂ ਹੁੰਦੀ, ਜਿਹੜੀ ਤੁਹਾਡੀ ਮਤਲਬ ਮੈਂ ਕਹਿੰਦਾ ਵੀ ਜਦ ਹੈ, ਚਾਹੇ ਜੇ ਤੁਸੀਂ ਉਹ ਉਮਰ ਭਰ ਤੱਕ ਉਹ ਬੰਦਾ ਫੋਰ ਦਾ ਟਾਈਮ ਚਾਹੇ ਬਦਲ ਲਏ ਕਿਸੇ ਨੂੰ ਦਿਖਾਉਣ ਦੇ ਮਾਰੇ, ਪਰ ਅੰਦਰ ਜਿਹੜੀ ਚੀਜ਼ ਉਹ ਕਦੇ ਬਦਲਦੀ ਨਹੀਂ। ਮੈਨੂੰ ਕੋਈ ਦੱਸ ਰਿਹਾ ਸੀ ਜਦੋਂ ਭਗਵੰਤ ਮਾਨ ਹੋਰਾਂ ਨਾਲ ਤੁਸੀਂ ਸ਼ੋਅ ਕਰਦੇ ਸੀ, ਜਦੋਂ ਪਹਿਲੇ ਜਿਹੜੇ ਤੁਹਾਡੇ ਪ੍ਰੋਗਰਾਮ ਸੀ, ਉਦੋਂ ਸਿਆਸਤ ਤੇ ਵਿਅੰਗ ਕੱਸਣੇ ਹੁੰਦੇ ਸੀ ਤੇ ਉਸ ਦੇ ਲਈ ਅਖਬਾਰ ਪੜ੍ਹਨੀ ਬੇਹੱਦ ਲਾਜ਼ਮੀ ਹੁੰਦੀ ਸੀ, ਔਰ ਤੁਸੀਂ ਕਦੀ ਕਿਸੇ ਕੋਲੋਂ ਅਖਬਾਰ ਚੱਕ ਲਿਆਏ, ਕਦੀ ਕਿਸੇ ਕੋਲ ਉਧਾਰੀ ਲੈ ਆਏ, ਉਹ ਕਿੱਸਾ ਕੀ ਸੀਗਾ ਜਾਂ ਉਹ ਕਿਵੇਂ ਸੀ? ਦੇਖੋ ਜੀ, ਮਾਨ ਸਾਹਿਬ ਦਾ ਖਾਸ ਕਰਕੇ ਹੈ ਨਾ ਅਖਬਾਰ ਜ਼ਿਆਦਾ ਉਹ ਪੜ੍ਹਦੇ ਸੀ, ਮੇਰੇ ਨੂੰ ਇੰਨਾ ਨਹੀਂ ਸੀਗਾ, ਅਤੇ ਉਹਨਾਂ ਕੋਲ ਦੁਨੀਆਂ ਭਰ ਦੀਆਂ ਖਬਰਾਂ ਹੁੰਦੀਆਂ ਸੀ, ਇਕੱਲਾ ਅਖਬਾਰ ਹੀ ਨਹੀਂ, ਉਹਨਾਂ ਕੋਲ ਇੱਕ ਛੋਟਾ ਜਿਹਾ ਰੇਡੀਓ ਵੀ ਹੁੰਦਾ ਸੀ ਜਿਹਦੇ ਤਾਰਾਂ ਲਾ ਕੇ ਬਾਹਰਲੇ ਪਾਸੇ ਸੈੱਲ ਰਬੜ ਦੇ ਨਾਲ ਲਪੇਟੇ ਹੁੰਦੇ ਸੀਗੇ, ਅਤੇ ਉਹ ਕਦੇ ਕਿਸੇ ਗੇਮ ਦੀ ਕਮੈਂਟਰੀ ਸੁਣ ਰਹੇ ਹੁੰਦੇ, ਰਗਬੀ ਗੇਮ ਹੁੰਦੀ ਸੀ, ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਰਗਬੀ ਕੀ ਹੁੰਦੀ ਹੈ, ਜਾਂ ਜਿਹੜੀ ਕ੍ਰਿਕਟ ਦੀ ਕਮੈਂਟਰੀ ਸੁਣ ਰਹੇ ਹੁੰਦੇ ਸੀ, ਜਾਂ ਕਿਸੇ ਮੁਲਕ ਦੇ ਵਿੱਚ ਚੋਣਾਂ ਹੋ ਰਹੀਆਂ ਹੁੰਦੀਆਂ ਸੀ ਉਹਦੇ ਰਿਜ਼ਲਟ ਬਾਰੇ ਪਤਾ ਕਰ ਰਹੇ ਹੁੰਦੇ ਸੀ, ਅਤੇ ਜਿਵੇਂ ਕਿਸੇ ਦੁਕਾਨ 'ਤੇ ਗਏ, ਕਿਸੇ ਦੋਸਤਾਂ ਮਿੱਤਰਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਜਿਵੇਂ, ਹੈ ਨਾ, ਉੱਥੋਂ ਅਖਬਾਰ ਵੀ ਮੈਂ ਯਾਰ ਅਖਬਾਰ ਪੜ੍ਹਨੀ, ਮੈਂ ਤੁਸੀਂ ਪੜ੍ਹ ਲਈ ਤਾਂ ਮੈਂ ਲੈ ਜਾ ਅਖਬਾਰ ਲੈ ਜਾਂਦੇ। ਹਾਂਜੀ ਹਾਂਜੀ। ਪੈਸੇ ਦਿੰਦੇ ਨਹੀਂ ਸੀ ਜਾਂ ਪੈਸੇ ਹੁੰਦੇ ਨਹੀਂ ਸੀ? ਪੈਸੇ ਹੁੰਦੇ ਨਹੀਂ ਸੀ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ ਮੈਂ ਜਦੋਂ ਮੈਂ ਕਾਲਜ ਦੇ ਵਿੱਚ ਪਲੱਸ ਵਨ 'ਚ ਐਡਮਿਸ਼ਨ ਲਈ ਹੈ, ਐਡਮਿਸ਼ਨ ਦੇ ਬਾਅਦ 'ਚ ਮੇਰੇ ਕੋਲ 4 ਰੁਪਏ ਬਚੇ ਸੀ, ਉਹ 4 ਰੁਪਏ ਮੈਂ ਸਕੂਲ ਦੇ ਜਿਹੜਾ ਕਾਲਜ ਦਾ ਜਿਹੜਾ ਸ਼ਨਾਖਤੀ ਕਾਰਡ ਹੁੰਦਾ ਉਹਦੇ ਪਿਛਲੇ ਪਾਸੇ ਉਹਦੀ ਜੇਬ 'ਚ ਪਾ ਕੇ ਰੱਖੇ ਹੋਏ ਸੀ, ਵੀ ਕਈ ਵਾਰੀ ਪੈਸੇ ਕੰਮ ਆ ਜਾਂਦੇ ਨੇ, ਉਹ ਦਿਨ ਵੀ ਦੇਖੇ ਹੋਏ। ਮੈਨੂੰ ਇਹ ਵੀ ਪਤਾ ਲੱਗਾ ਪਲੱਸ ਟੂ 'ਚ ਜਦੋਂ ਤੁਸੀਂ ਅਤੇ ਮੁੱਖ ਮੰਤਰੀ ਜਦੋਂ ਇਕੱਠੇ ਸੀਗੇ, ਕਹਿੰਦੇ ਕਿ ਜਦੋਂ ਉਹਨਾਂ ਦਾ ਸਟਾਰਡਮ ਆਇਆ ਉਹ ਕਹਿੰਦੇ ਕਿ ਹੁਣ ਤੁਹਾਨੂੰ ਵੀ ਉਸੇ ਪਾਸੇ ਲੈ ਕੇ ਆਉਣਾ, ਪੂਰਾ ਜ਼ੋਰ ਦਿੱਤਾ ਸਿਆਸਤ 'ਚ, ਹੁਣ ਉਹਨਾਂ ਦਾ ਸਟਾਰਡਮ ਹੈ, ਉਦੋਂ ਵੀ ਤੁਹਾਡੇ 'ਤੇ ਜ਼ੋਰ ਪੂਰਾ ਲਾਉਣਾ ਸ਼ੁਰੂ ਕਰਤਾ? ਨਹੀਂ ਬਿਲਕੁਲ ਜੀ, ਕਿਉਂਕਿ ਦੋਸਤੀ ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡੀ ਚੀਜ਼ ਹੁੰਦੀ ਹੈ, ਔਰ ਜਦੋਂ ਦੋਸਤੀ ਇੰਨੀ ਦਹਾਕਿਆਂ ਦੀ ਦੋਸਤੀ ਹੋ ਜੇ ਤਾਂ ਫਿਰ ਉਹ ਦੋਸਤੀ ਦੋਸਤੀ ਤੋਂ ਉੱਪਰ ਇੱਕ ਐਂ ਲੱਗਦਾ ਵੀ ਭਰਾ ਹੀ ਹੁੰਦੇ ਆ ਸਕੇ। ਆਹ ਜਿੰਨੇ ਵੀ ਬੈਠੇ ਨੇ ਤਕਰੀਬਨ ਆਹ ਮਿੱਤਰ ਮੇਰੇ, ਉਹਨਾਂ 'ਚੋਂ ਜਿਹੜੇ ਪਿੰਡ ਤੋਂ ਹੀ ਨੇ ਮੇਰੇ ਜੁੜੇ ਹੋਏ, ਪਹਿਲੇ ਦਿਨ ਤੋਂ ਜੁੜੇ ਹੋਏ ਨੇ ਅਤੇ ਅੱਜ ਤੱਕ ਉਵੇਂ ਜੁੜੇ ਹੋਏ ਨੇ, ਉਹਨਾਂ ਨੇ
ਉਹ ਪਹਿਲਾਂ ਕਾਮਯਾਬ ਹੋ ਗਏ ਸੀਗੇ ਲਾਈਨ ਦੇ ਵਿੱਚ, ਆਪਣੇ ਜਿਹੜੀ ਕਲਾਕਾਰੀ ਲਾਈਨ ਹੈ, ਅਤੇ ਜਦੋਂ ਉਹ ਕਾਮਯਾਬ ਹੋਏ ਫਿਰ ਮੈਨੂੰ ਉਹਨਾਂ ਨੇ ਮਤਲਬ ਮੌਕੇ ਦਵਾਏ, ਜਰਨੈਲ ਘਮਾਣ ਜੀ ਕੋਲੇ ਲੈ ਕੇ ਗਏ, ਉਹਨਾਂ ਦੀ CMC ਕੰਪਨੀ ਬਹੁਤ ਵੱਡੀ ਕੰਪਨੀ ਹੁੰਦੀ ਸੀ, ਉਹਦੇ 'ਚ ਮੇਰੀ ਟੇਪ ਕਰਾਈ, ਅਤੇ ਉਦੋਂ ਬਾਅਦ 'ਚ ਇੱਧਰ ਹੁਣ ਤੁਸੀਂ ਦੇਖਿਆ ਹੀ ਹੈ ਕਿ ਸਿਆਸਤ ਦੇ ਵਿੱਚ ਆਏ, ਇੱਧਰ ਵੀ ਉਹੀ ਲੈ ਕੇ ਆਏ ਨੇ। ਹੁਣ ਸਿਆਸਤ 'ਚ ਤੁਹਾਨੂੰ ਕੁੜਤੇ ਪਜਾਮੇ ਵੀ ਸਿਖਾਤੇ, ਸਿਰ 'ਤੇ ਦਸਤਾਰ ਵੀ ਸਿਖਾਤੀ, ਹੁਣ ਮੈਂ ਕਰਮਜੀਤ ਅਨਮੋਲ ਕਵਾਂ ਜਾਂ ਸਰਦਾਰ ਕਰਮਜੀਤ ਸਿੰਘ ਅਨਮੋਲ ਕਵਾਂ, ਜੋ ਮਰਜ਼ੀ ਕਹਿ ਲਓ ਜੀ, ਜੋ ਮਰਜ਼ੀ ਕਹਿ ਲਓ। ਮੈਂ ਪੱਗ ਪਹਿਲਾਂ ਵੀ ਬੰਨਦਾ, ਤੁਸੀਂ ਮੇਰੀਆਂ ਤੁਸੀਂ ਫਿਲਮਾਂ ਵੀ ਦੇਖੀਆਂ ਹੋਣਗੀਆਂ, ਮੈਂ ਬਹੁਤ ਫਿਲਮਾਂ ਦੇ ਵਿੱਚ, ਮੈਂ 10ਵੀਂ ਦੇ ਵਿੱਚ ਵੀ ਪੱਗ ਬੰਨਦਾ ਰਿਹਾ 10ਵੀਂ ਤੱਕ, ਅਤੇ ਬਾਕੀ ਮੈਨੂੰ ਲੋਕ ਜ਼ਿਆਦਾ ਪੱਗ ਦੇ ਵਿੱਚ ਹੀ ਜ਼ਿਆਦਾ ਪਛਾਣਦੇ। ਕਈ ਵਾਰੀ ਮੈਂ ਨੰਗੇ ਸਿਰ ਹੁੰਦਾ, ਅਲਗ ਬਾਅਦ 'ਚ ਅੱਛਾ ਤਾਂ ਉਹ ਫਿਲਮਾਂ ਵਾਲਾ ਕਰਮਜੀਤ ਹੈ ਯਾਰ, ਹੈ ਨਾ, ਐਂ ਮਿਲਦੇ ਨੇ, ਪਰ ਪੱਗ ਨਾਲ ਪਹਿਲਾਂ ਪਛਾਣ ਲੈਂਦੇ। ਇੱਕ ਮੈਨੂੰ ਕੋਈ ਇਹ ਵੀ ਦੱਸ ਰਿਹਾ ਸੀ ਕਿ ਤੁਸੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸੰਤ ਰਾਮ ਉਦਾਸੀ ਹੋਰਾਂ ਦੇ ਦੋ ਲਾਈਨਾਂ ਜਿਹੜੀਆਂ ਸੀਗੀਆਂ ਉਹ ਗੁਣਗੁਣਾਉਂਦੇ ਸੀਗੇ, ਸ਼ਾਇਰੀ ਦੇ ਮੁਕਾਬਲੇ ਹੁੰਦੇ ਸੀ, ਪੈਸੇ ਜਿੱਤ ਕੇ ਆਉਂਦੇ ਸੀਗੇ ਉੱਥੇ, ਜਿਹੜਾ ਉਹ ਕੰਪੀਟੀਸ਼ਨ ਜਿੱਤ ਕੇ ਆਉਂਦੇ ਸੀਗੇ, ਉਹ ਥੋੜ੍ਹਾ ਜਿਹਾ ਸੁਣਾਓ, ਔਰ ਉਹ ਦੋ ਲਾਈਨਾਂ ਵੀ ਅਗਰ ਤੁਸੀਂ ਸੁਣਾ ਸਕੋ। ਉਹ ਸੀਗਾ ਜੀ ਸੰਤ ਰਾਮ ਉਦਾਸੀ ਜੀ ਦੀ ਬੜੀ ਵਧੀਆ ਮਸ਼ਹੂਰ ਗਾਣਾ ਜੀ, ਉਹ ਕਵਿਤਾ, ਤੂੰ ਮੰਗਦਾ ਰਹੀ ਵੀ ਸੂਰਜਾ ਕੰਮੀਆਂ ਦੇ ਵਿਹੜੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ, ਤੂੰ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ। ਇਹ ਗੀਤ ਅਸੀਂ ਕੰਪੀਟੀਸ਼ਨਾਂ ਤੇ ਗਾਉਂਦੇ ਹੁੰਦੇ ਸੀਗੇ। ਕਿੰਨੀ ਕੁ ਵਾਰ ਤੁਸੀਂ ਇਹ ਗੀਤ ਗਾਇਆ? ਅਣਗਿਣਤ ਵਾਰ ਗਾਇਆ ਜੀ ਮੈਂ। ਪਹਿਲੀ ਵਾਰ ਕਿੰਨੇ ਪੈਸੇ ਮਿਲੇ ਸੀ? ਦੇਖੋ ਜੀ, ਜਦੋਂ ਮੈਂ ਆਪਣੇ ਬਚਪਨ ਦੀ ਗੱਲ ਦੱਸਦਾ ਕਿ ਮੇਰੇ ਪਿੰਡ ਟੂਰਨਾਮੈਂਟ ਸੀਗੇ, ਟੂਰਨਾਮੈਂਟ ਦੇ ਉੱਤੇ ਮਤਲਬ ਇਲਾਕੇ 'ਚ ਅਨਾਊਂਸਮੈਂਟ ਹੋ ਗਈ ਸੀ ਕਿ ਮਾਣਕ ਸਾਹਿਬ ਨੇ ਆਉਣਾ ਗਾਉਣ ਇੱਥੇ। ਅੱਛਾ, ਬਹੁਤ ਘੱਟ ਲੋਕਾਂ ਨੂੰ ਪਤਾ ਮਾਣਕ ਸਾਹਿਬ ਤੁਹਾਡੇ ਮੇਰੇ ਮਾਮਾ ਜੀ ਸੀ। ਤੁਸੀਂ ਦੱਸਦੇ ਨਹੀਂ? ਮੈਂ ਕਿਉਂਕਿ ਬੋਰਡ ਥੱਲੇ ਬੋਰਡ ਨਹੀਂ ਲੱਗਦਾ, ਮੈਨੂੰ ਇਹ ਸੀਗਾ ਕਿ ਜੇ ਮੈਂ ਕਿਤੇ ਪਰਫਾਰਮੈਂਸ ਦਿੱਤੀ ਤਾਂ ਜੇ ਮੇਰੀ ਪਰਫਾਰਮੈਂਸ ਵਧੀਆ ਹੋਈ ਤਾਂ ਲੋਕਾਂ ਨੇ ਕਹਿਣਾ ਇਹ ਤਾਂ ਹੋਣੀ ਹੈ ਯਾਰ, ਹੈ ਨਾ, ਇਹ ਮਾਣਕ ਸਾਹਿਬ ਦਾ ਭਾਣਜਾ। ਜੇ ਕਿਤੇ ਮਾੜੀ ਰਹਿ ਗਈ ਤਾਂ ਲੋਕਾਂ ਨੇ ਕਹਿਣਾ ਵੀ ਯਾਰ ਇਹਨੇ ਤਾਂ ਮਾਣਕ ਸਾਹਿਬ ਦੇ ਨਾਂ ਨੂੰ ਵੀ ਲਾਜ ਲਵਾ ਦਿੱਤੀ। ਅਤੇ ਮੈਨੂੰ ਐਂ ਸੀ ਕਿ ਮੇਰਾ ਜਿਹੜਾ ਨਾਂ ਹੋਵੇ ਮੈਨੂੰ ਮੇਰੇ ਨਾਂ ਨਾਲ ਹੀ ਜਾਣਨ ਲੋਕ, ਅਤੇ ਉਹ ਮੇਰੇ ਅੰਦਰ ਸੀਗੀ ਕਿ ਮੈਂ ਆਪਣੀ ਕਲਾ ਦੇ ਜ਼ਰੀਏ ਲੋਕਾਂ ਦੇ ਸਨਮੁਖ। ਤੁਸੀਂ ਮਾਣਕ ਸਾਹਿਬ ਦੀ ਗੱਲ ਸੁਣਾ ਰਹੇ ਸੀ, ਮੈਂ ਵਿੱਚੇ ਕੱਟਤਾ ਉਹ ਗੱਲ ਪੂਰੀ ਕਰ ਦਿਓ। ਅਤੇ ਉਹ ਅਨਾਊਂਸਮੈਂਟ ਹੋਈ ਸੀ ਕਿ ਟੂਰਨਾਮੈਂਟ 'ਤੇ ਮਾਣਕ ਸਾਹਿਬ ਨੇ ਆਉਣਾ, ਅਤੇ ਮੈਨੂੰ ਮੇਰੇ ਵੱਡੇ ਭਰਾ ਸੀ ਬਲਵਿੰਦਰ ਸਿੰਘ ਨੀਲੂ, ਡਾਕਟਰ ਸੀਗੇ ਪਿੰਡ ਦੇ ਵਿੱਚ, ਉਹ ਕਬੱਡੀ ਖੇਡਦੇ ਹੁੰਦੇ ਸੀ, ਉਹਨਾਂ ਦੇ ਟੂਰਨਾਮੈਂਟ ਕਰਵਾਏ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਚਿੱਟਾ ਕੁੜਤਾ ਪਜਾਮਾ ਸਵਾ ਕੇ ਦਿੱਤਾ, ਪਰਲੇ ਵਾਲੀ ਪੱਗ ਬੰਨੀ ਹੋਈ, ਅਤੇ ਸਟੇਜ ਦੇ ਉੱਤੇ ਮੇਜ਼ ਪਿਆ ਸੀ, ਮੇਜ਼ ਦੇ ਉੱਤੇ ਕੁਰਸੀ, ਅਤੇ ਕੁਰਸੀ ਦੇ ਉੱਤੇ ਮੈਨੂੰ ਖੜਾਇਆ ਸੀ, ਅਤੇ ਮਾਈਕ ਦੇ ਬਰਾਬਰ ਆਇਆ ਸੀ। ਤੀਜੀ ਕਲਾਸ 'ਚ ਪੜ੍ਹਦਾ ਸੀ, ਅਤੇ ਮੈਂ ਉਦੋਂ 4-5 ਗਾਣੇ ਮਤਲਬ ਲਗਾਤਾਰ ਗਾਏ ਮਾਣਕ ਸਾਹਿਬ ਦੇ, ਅਤੇ ਲੋਕਾਂ ਨੇ ਕਿਸੇ ਨੇ ਵੀ ਇਹ ਸ਼ਿਕਾਇਤ ਨਹੀਂ ਕੀਤੀ ਕਿ ਯਾਰ ਤੁਸੀਂ ਝੂਠ ਬੋਲਿਆ ਸੀਗਾ ਕਿ ਵੀ ਇੱਥੇ ਮਾਣਕ ਸਾਹਿਬ ਨੇ ਆਉਣਾ, ਅਤੇ ਤੁਸੀਂ ਵੀ ਆਹ ਜਵਾਕ ਜਿਹਾ ਲਾਤਾ। ਅਤੇ ਉਦੋਂ ਮੈਨੂੰ, ਤੁਸੀਂ ਪੈਸਿਆਂ ਦੀ ਗੱਲ ਕੀਤੀ ਕਿੰਨੇ ਬਣੇ, ਉਦੋਂ ਮੈਨੂੰ 56 ਰੁਪਏ ਬਣੇ ਸੀਗੇ, ਅਤੇ ਉਹ ਮੈਨੂੰ ਅੱਜ ਤੱਕ ਯਾਦ ਹੈ ਕਿ ਮੇਰੇ ਲਈ ਬਹੁਤ ਵੱਡੀ ਅਮਾਊਂਟ ਸੀ ਕਿ ਵੀ ਮੈਨੂੰ ਇਨਾਮ ਦੇ ਵਿੱਚ ਇੰਨੇ ਪੈਸੇ। ਕਲੀਆਂ ਦੇ ਬਾਦਸ਼ਾਹ ਦੇ ਤੁਸੀਂ ਭਾਂਜੀ ਹੋ, ਤੇ ਦੋ ਲਾਈਨਾਂ ਉਹਨਾਂ ਦੇ ਅੰਦਾਜ਼ 'ਚ। ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਚਿੜੀਆਂ ਦੀ ਚੀਚੀ ਨੀ
ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਇਹ ਕਿੰਨਾ ਔਖਾ ਤੁਹਾਨੂੰ ਲੱਗ ਰਿਹਾ ਇਸ ਵੇਲੇ ਸਿਆਸਤ 'ਚ ਜਦੋਂ ਇੰਨੀ ਗਰਮੀ 'ਚ, ਕਿਉਂਕਿ ਫਿਲਮਾਂ 'ਚ ਤਾਂ ਪੈਸੇ ਮਿਲਣੇ ਹੁੰਦੇ ਆ, ਇੱਥੇ ਪੈਸੇ ਕੋਲੋਂ ਲੱਗ ਰਹੇ ਆ। ਫਿਲਮਾਂ 'ਚ ਤਾਂ ਪਤਾ ਹੈ ਕਿ ਫਿਲਮ ਚੱਲੇ ਨਾ ਚੱਲੇ ਪੈਸੇ ਆ ਗਏ, ਜੀ ਜੀ, ਇੱਥੇ ਤਾਂ ਪਹਿਲਾਂ ਪੈਸੇ ਲੱਗ ਗਏ, ਅੱਗੋਂ ਕੀ ਹੋਣਾ ਨਹੀਂ ਹੋਣਾ ਉਹ ਰੱਬ ਨੂੰ ਪਤਾ ਜਾਂ ਲੋਕਾਂ ਨੂੰ ਪਤਾ। ਦੇਖੋ ਜੀ, ਇੱਕ ਜਜ਼ਬਾ ਹੁੰਦਾ, ਹਾਂ, ਉਹ ਤੁਹਾਨੂੰ ਮਤਲਬ ਤੋਰੀ ਫਿਰਦਾ। ਦੂਜੀ ਗੱਲ ਇਹ ਵੀ ਜਦੋਂ ਲੋਕ ਇੰਨੇ ਪਿਆਰ ਨਾਲ ਮਿਲਦੇ ਆ ਨਾ, ਉਹ ਸਾਰਾ ਕੁਛ ਭੁੱਲ ਜਾਂਦਾ। ਜਦੋਂ ਕੋਈ ਬਜ਼ੁਰਗ ਸਿਰ 'ਤੇ ਹੱਥ ਰੱਖ ਦਿੰਦਾ, ਕੋਈ ਮਾਂ ਬੁੱਕਲ ਦੇ ਵਿੱਚ ਲੈ ਕੇ ਅਸੀਸਾਂ ਦਿੰਦੀ ਹੈ, ਕੋਈ ਬੱਚੇ ਭੱਜ ਕੇ ਜੱਫੀ ਪਾ ਕੇ ਮਿਲਦੇ ਆ, ਅਤੇ ਉਹ ਚੀਜ਼ਾਂ ਸਾਰਾ ਕੁਛ ਭੁਲਾ ਦਿੰਦੀਆਂ ਨੇ, ਉਹ ਸਾਰੀ ਥਕਾਵਟ ਲਾ ਦਿੰਦੀ ਹੈ, ਅਤੇ ਕੋਈ ਨੈਗੇਟਿਵਿਟੀ ਨੇੜੇ ਆਉਣੀ ਨਹੀਂ ਦਿੰਦੀ, ਅਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੀ। ਕਿਉਂਕਿ ਜਿਹੜੇ ਸਾਡੇ ਪੁਰਾਣੇ ਸੀਐਮ ਸੀ, ਉਹ ਕਹਿੰਦੇ ਸੀ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ, ਮੈਂ ਟੈਂਟ ਵੀ ਲਾ ਲੈਣਾ, ਮੈਂ ਚਾਹ ਵੀ ਬਣਾ ਲੈਣਾ। ਕਰਮਜੀਤ ਅਨਮੋਲ ਘਰ ਦੇ ਕਿਹੜੇ ਕਿਹੜੇ ਕੰਮ ਕਰ ਲੈਂਦੇ ਆਪਣੀ ਵਾਈਫ ਵਾਸਤੇ? ਕਦੀ ਘਰੇ ਚਾਹ ਬਣਾ ਕੇ ਪਲਾਈ ਹੈ ਜਾਂ ਕਦੀ ਘਰੇ ਤੜਕਾ ਲਾਇਆ? ਫਿਲਮਾਂ 'ਚ ਤਾਂ ਬੜੇ ਤੜਕੇ ਲਾ ਦਿੰਦੇ। ਦੇਖੋ ਜੀ, ਮੈਨੂੰ ਬਹੁਤ ਸ਼ੌਕ ਹੈ, ਪਰ ਮੇਰੀ ਵਾਈਫ ਮੈਨੂੰ ਕੰਮ ਨਹੀਂ ਕਰਨ ਦਿੰਦੀ ਜਮਾਂ ਹੀ, ਘਰ ਦਾ ਕੰਮ ਜਮਾਂ ਹੀ ਨਹੀਂ, ਮਤਲਬ ਕਦੇ ਵੀ ਨਹੀਂ ਉਹਨੇ ਮਾਂ ਦਿੱਤੀ ਨੇ ਕਰਨ ਦਿੱਤਾ। ਜਾਂ ਤੁਸੀਂ ਕਹਿ ਦਿੰਦੇ ਹੋ ਕਿ ਯਾਰ ਤੂੰ ਤਾਂ ਕੰਮ ਕਰਨ ਨਹੀਂ ਦੇਣਾ, ਤੇ ਮੈਂ ਕਰਨਾ, ਮੈਂ ਫਿਰ ਕਿਵੇਂ ਕਰਾਂ? ਨਾ ਨਾ, ਪਰ ਉਹ ਭਾਵੇਂ ਉਹਦਾ ਅੰਦਰੋਂ ਜੀ ਕਰੀ ਜਾਵੇ ਕਿ ਮੈਨੂੰ ਚਾਹ ਹੀ ਪਿਲਾ ਦੇ, ਕਦੀ ਕਦੀ ਬਣਾਈ ਚਾਹ ਬਣਾ ਕੇ ਪਿਲਾਈ ਹੈ? ਨਹੀਂ ਨਹੀਂ, ਚਾਹ ਬਸ ਬਥੇਰੇ ਵਾਰੀ ਬਣਾਈ ਹੋਊਗੀ, ਪਰ ਜਿੱਥੇ ਤੱਕ ਮੈਂ ਭਾਵੇਂ ਨੂੰ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਪਿਲਾਈ ਹੈ ਨਾ, ਅੱਜ ਤੱਕ ਨਹੀਂ ਜੀ। ਉਹ ਮੈਨੂੰ ਰਸੋਈ ਦੇ ਵਿੱਚ ਵੜਨ ਹੀ ਨਹੀਂ ਦਿੰਦੇ, ਉਹ ਕਹਿੰਦੇ ਜਿੰਨਾ ਚਿਰ ਮੈਂ ਜਾਉਂਦੀ ਹਾਂ ਤਾਂ ਮੈਂ ਨਹੀਂ ਚਾਹੁੰਦੀ ਵੀ ਮੇਰਾ ਵੀ ਤੁਸੀਂ ਕੋਈ ਵੀ ਕੰਮ। ਪਰ ਤੁਹਾਡਾ ਜੀ ਨਹੀਂ ਕੀਤਾ ਕਿ ਜਿਹੜਾ ਤੁਹਾਨੂੰ ਤਿੰਨ ਤਿੰਨ ਰੋਟੀ ਬਣਾ ਕੇ ਦਿੰਦੀ, ਕਿਉਂਕਿ ਤੁਸੀਂ ਟਿਫਨ ਵੀ ਆਪਣਾ ਲੈ ਕੇ ਆਉਂਦੇ? ਜੀ ਜੀ ਜੀ। ਕਦੇ ਤੁਸੀਂ ਉਹਨੂੰ ਮੈਗੀ ਬਣਾ ਕੇ ਖਵਾ ਦਿਓ ਘੱਟੋ ਘੱਟ? ਇਹੋ ਜਿਹੀ ਚੀਜ਼ ਮੈਂ ਖਵਾਉਣੀ ਨਹੀਂ ਜੀ, ਇਹ ਮਾੜੀ ਹੁੰਦੀ ਹੈ। ਅਤੇ ਉਹ ਚੱਕੀ ਜਾਂ ਬਣਾਉਣੀ ਮਾੜੀ ਹੁੰਦੀ ਹੈ, ਮੈਗੀ ਤਾਂ ਬਣੀ ਬਣਾਈ ਹੁੰਦੀ ਹੈ, ਉਹਦਾ ਤਾਂ ਕੋਈ ਮਤਲਬ ਚੱਕਰ ਹੀ ਨਹੀਂ ਹੁੰਦਾ ਬਣਾਉਣ ਦੇ ਵਿੱਚ। ਮੈਗੀ ਨੇ ਮੈਗੀ ਦੇ ਵਿੱਚ ਪਾਣੀ ਹੀ ਪਾਉਣਾ, ਪਾਣੀ ਪਾ ਕੇ ਖਾ ਲੈਣੀ। ਦੂਜਾ ਵੀ ਕਹਿੰਦੇ ਕਿ ਫਿਲਮਾਂ 'ਚ ਚੱਲ ਜਾਂਦਾ, ਇੱਥੇ ਕਿੰਨੇ ਕੁ ਝੂਠ ਬੋਲਣੇ ਪਏ ਆ ਤੁਹਾਨੂੰ? ਦੇਖੋ ਜੀ, ਅਜੇ ਤੱਕ ਤਾਂ ਨਹੀਂ ਕੋਈ ਝੂਠ ਬੋਲਿਆ, ਅਤੇ ਰੱਬ ਝੂਠ ਬੁਲਾਵੇ ਵੀ ਨਾ। ਅਤੇ ਜੇ ਮਤਲਬ ਮੈਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਚਾਹੇ ਮੈਂ ਰਾਜਨੀਤੀ 'ਚ ਆ ਗਿਆ, ਲੋਕ ਕਹਿੰਦੇ ਆ ਕਿ ਬਹੁਤ ਝੂਠ ਬੋਲਣੇ ਪੈਂਦੇ ਆ, ਪਰ ਪਰਮਾਤਮਾ ਇਹੋ ਜਿਹਾ ਝੂਠ ਬੁਲਾਵੇ ਨਾ। ਮੈਂ ਹੰਸਰਾਜ ਹੰਸ ਆ ਗਏ, ਮੈਂ ਫਿਰ ਉਸੇ ਗੱਲ 'ਤੇ ਆਉਂਦਾ, ਹੁਣ ਕਿਵੇਂ ਮੁਕਾਬਲਾ ਰਹੇਗਾ? ਕਿਉਂਕਿ ਲੋਕਾਂ 'ਚ ਤੁਸੀਂ ਜਾਣਾ, ਤੁਸੀਂ ਤਾਂ ਕਹੋਗੇ ਕਿ 2 ਸਾਲ ਦੇ ਭਗਵੰਤ ਮਾਨ ਹੋਰਾਂ ਦੇ ਕੰਮ ਨੇ, ਲੇਕਿਨ ਜਦੋਂ ਆਹਮੋ ਸਾਹਮਣੇ ਕਈ ਵਾਰ ਡਿਬੇਟ ਵੀ ਹੋ ਜਾਂਦੀ, ਹੋ ਸਕਦਾ ਅਗਲੇ ਪ੍ਰੋਗਰਾਮ 'ਚ ਤੁਸੀਂ ਇੱਥੇ ਬੈਠੇ ਹੋਵੋ, ਹੰਸ ਭਾਜੀ ਇੱਥੇ ਬੈਠੇ ਹੋਣ, ਮੈਂ ਇੱਥੇ ਬੈਠਾ ਹੋਵਾਂ, ਮੁਹੰਮਦ ਸਦੀਕ ਸਾਹਿਬ ਉੱਥੇ ਬੈਠੇ ਹੋਣ, ਫਿਰ ਕਿਵੇਂ ਦੀ ਚਰਚਾ ਜਾਂ ਕਿਵੇਂ ਤੁਸੀਂ ਕਰੋਗੇ? ਚਰਚਾ ਵਿਚਾਰਾਂ ਦੀ ਚਰਚਾ ਹੋਊਗੀ ਜੀ, ਉਹਨਾਂ ਦੇ ਉਹ ਆਪਣੀ ਪਾਰਟੀ ਦੇ ਵਿਚਾਰ ਰੱਖਣਗੇ, ਮੈਂ ਆਪਣੀ ਦੇ ਰੱਖੂੰਗਾ, ਅਤੇ ਰਿਸਪੈਕਟਫੁਲੀ ਹੋਊਗੀ, ਕੋਈ ਇੱਦਾਂ ਨਹੀਂ ਵੀ ਮਿਹਣੋ ਮਿਹਣੀ ਨਹੀਂ ਕੋਈ ਹੋਊਗਾ ਕੰਮ। ਹੁਣ ਤੱਕ ਤਾਂ ਤੁਸੀਂ ਸ਼ਾਇਦ ਪੈਰੀ ਹੱਥ ਉਹਨਾਂ ਦੇ ਲਗਾਉਂਦੇ ਹੋਵੋਗੇ? ਮੈਂ ਲਾਉਂਦਾ ਹੀ ਰਹੂੰਗਾ ਜੀ ਬਾਅਦ 'ਚ ਵੀ। ਮੁਹੰਮਦ ਸਦੀਕ ਸਾਹਿਬ ਮਿਲੇ, ਉਸ ਤੋਂ ਬਾਅਦ ਗੱਲਬਾਤ ਹੋਈ ਜਦੋਂ? ਨਹੀਂ, ਅਜੇ ਨਹੀਂ ਹੋਈ ਜੀ ਗੱਲਬਾਤ ਕੋਈ। ਚਲੋ, ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ, ਇਸ ਵੇਲੇ ਚਾਹ ਪੀਣ ਦੇ ਲਈ ਰੁਕੇ ਸੀਗੇ ਤਾਂ ਚਾਹ ਜਿਹੜੇ ਪੀ ਰਹੇ।